ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਲੁਧਿਆਣਾ ਚ ਵਰਦੇ ਮੀਂਹ ਦੇ ਵਿਚ ਇੱਕ ਐਕਟਿਵਾ ਨੇ ਪੁਲਿਸ ਨੂੰ ਭੜਦੂ ਪਾ ਦਿੱਤਾ। ਦਰਅਸਲ ਲੁਧਿਆਣਾ ਦੀ ਸਬਜ਼ੀ ਮੰਡੀ ਦੇ ਵਿਚ ਐਕਟਿਵਾ ਤੇ ਆਏ ਇੱਕ ਸ਼ਖਸ ਨੇ ਇੱਕ ਆੜਤੀ ਨੂੰ ਗੋਲੀ ਮਾਰ ਦਿੱਤੀ। ਦਿਨ ਦਹਾੜੇ ਇਸ ਕਤਲ ਦੀ ਵਾਰਦਾਤ ਤੋਂ ਬਾਅਦ ਪੁਲਿਸ ਹੈਰਾਨ ਹੋ ਗਈ। ਮੰਡੀ ਉਹ ਇਲਾਕਾ ਹੁੰਦਾ ਹੈ ਜਿੱਥੇ ਹਰ ਵੇਲੇ ਭੀੜ ਰਹਿੰਦੀ ਹੈ, ਤੇ ਜਿਸ ਵੇਲੇ ਇਹ ਘਟਨਾ ਹੋਈ ਉਸ ਵੇਲੇ ਵੀ ਮੰਡੀ ਚ ਪੂਰੀ ਭੀੜ ਸੀ। ਪਰ ਅਚਾਨਕ ਐਕਟਿਵਾ ਤੇ ਇੱਕ ਸ਼ਖਸ ਆਇਆ, ਉਸਨੇ ਆਂਦੇ ਆੜਤੀ ਵੱਲ ਗੋਲੀ ਚਲਾ ਦਿੱਤੀ। ਘਟਨਾ ਤੋਂ ਬਾਅਦ ਲੁਧਿਆਣਾ ਪੁਲਿਸ ਤੇ ਹੜਕੰਪ ਮਚ ਗਿਆ। ਵਰਦੇ ਮੀਂਹ ਦੇ ਵਿਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ ਸਮੇਤ ਸਾਰੀ ਪੁਲਿਸ ਫੋਰਸ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਮੌਕੇ ਤੇ ਪੜਤਾਲ ਸ਼ੁਰੂ ਕਰ ਦਿੱਤੀ ਕਿ ਆਖਰਕਾਰ ਇਸ ਵਾਰਦਾਤ ਨੂੰ ਕੌਣ ਅੰਜਾਮ ਦੇ ਗਿਆ। ਤਾਂ ਇੱਕੋ ਹੀ ਤੱਥ ਨਿਕਲ ਕੇ ਸਾਹਮਣੇ ਆਇਆ ਕਿ ਐਕਟਿਵਾ ਤੇ ਆਏ ਸ਼ਖਸ ਨੇ ਦਿੱਤਾ ਵਾਰਦਾਤ ਨੂੰ ਅੰਜਾਮ। ਫਿਲਹਾਲ ਲੁਧਿਆਣਾ ਪੁਲਿਸ ਉਸ ਐਕਟਿਵਾ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸ਼ਖਸ ਇਕੱਲਾ ਹੀ ਸੀ। ਹੁਣ ਵੇਖਣਾ ਆਇਆ ਹੋਏਗਾ ਕਿ ਲੁਧਿਆਣਾ ਪੁਲਿਸ ਇਸ ਮਾਮਲੇ ਨੂੰ ਕਿਸ ਤਰੀਕੇ ਦੇ ਨਾਲ ਸੁਲਝਾਉਂਦੀ ਹੈ। ਪਰ ਇਹ ਗੱਲ ਤਾਂ ਸਾਫ਼ ਹੈ ਕਿ ਐਕਟਿਵਾ ਸਵਾਰ ਨੇ ਭਰੇ ਮੀਂਹ ਦੇ ਵਿਚ ਪੂਰੀ ਪੁਲਿਸ ਬਾਹਰ ਕੱਢ ਦਿੱਤੀ। ਤੁਸੀਂ ਆਪ ਹੀ ਸੁਣੋ ਕਿ ਕਹਿ ਰਹੀ ਹੈ ਲੁਧਿਆਣਾ ਪੁਲਿਸ, ਕਿਵੇਂ ਹੋਈ ਇਹ ਵਾਰਦਾਤ। ਇਹ ਨਵੀਂ ਸਬਜ਼ੀ ਮੰਡੀ ਹੈ ਲੁਧਿਆਣੇ ਚ, ਬਹਾਦਰ ਗੇ ਰੋਡ ਤੇ। ਉੱਥੇ ਵਾਰਦਾਤ ਹੋਈ ਹੈ। ਗੁਰਜੀਤ ਸਿੰਘ ਘਾਰਾ ਨਾਮ ਦਾ ਬੰਦਾ ਆੜਤੀਆ ਸੀਗਾ ਸਬਜ਼ੀ ਮੰਡੀ ਦਾ। ਉੱਥੇ ਕੋਈ ਉਹਦੀ ਗੋਲੀ ਮਾਰ ਕੇ ਚਲਾ ਗਿਆ। ਕੌਣ ਬੰਦੇ ਕੁਛ ਪਤਾ ਲੱਗਿਆ? ਬੰਦੇ ਦਾ ਟਰੇਸ ਕਰ ਰਹੇ ਹਾਂ ਕੈਮਰਿਆਂ ਦੀ ਮਦਦ ਨਾਲ, ਹਲੇ ਨਹੀਂ ਕੋਈ ਪਤਾ ਲੱਗਿਆ। ਅਨੋਨ ਹੈ। ਬਾਈਕ ਤੇ ਸੀ, ਕਾਰ ਤੇ ਆਇਆ? ਸਕੂਟੀ ਤੇ ਸੀਗਾ, ਅਜੇ ਪਤਾ ਲੱਗਿਆ। ਝਗੜਾ ਵੀ ਹੋਇਆ ਉਹਨਾਂ ਦਾ? ਕੋਈ ਝਗੜਾ ਕੁਛ ਨਹੀਂ ਪਤਾ ਲੱਗ ਰਿਹਾ, ਪੜਤਾਲ ਜਾਰੀ ਹੈ। ਕੋਈ ਸੀ? ਕਿੰਨੀਆਂ ਗੋਲੀਆਂ ਚੱਲੀਆਂ? ਇੱਕੇ ਗੋਲੀ ਵੱਜੀ ਹੈ। ਮੌਕੇ ਦੀ ਡੈਥ ਹੋ ਗਈ? ਮੌਕੇ ਤੇ ਨਹੀਂ ਡੈਥ ਹੋਈ, ਆਨ ਦਾ ਵੇ ਟੂਵਰਡ ਸੀਐਮਸੀ। ਕੋਈ